सांझे फोरम के सद्दे दे उत्ते PSPB जीरा दे वल्लों रोस रैली की गई। दरअसल यह रैली महाराष्ट्र सरकार के विरोध की गई है। आगुआ ने इस मौके दसिया कि महाराष्ट्र की सरकार के वल्लों बिजली बोर्ड नू निजी कंपनियां नू देन की तैयारी की जा रही है और इस दे खिलाफ उत्थों के मुलाजम हड़ताल उत्ते बैठे हुए ने। उन्होंने कहा कि उस हड़ताल का समर्थन करते हैं, उन्होंने वालों रोस रैली उस हड़ताल में समर्थन देने दे रूप में ही की जा रही है। जीरा तो आज की आवाज़ के लिए शुभम खुराना की रिपोर्ट। आज जी रोस रैली है साड़ी जी महाराष्ट्र की सरकार आ उतों का जो बिजली बोर्ड आ प्राइवेट हाथों के अडानी बानी दे रही आ असी उन्हां दे अज समर्थन दे विच उत्थों दा जिहड़ा बिजली बोर्ड आ उह 72 घंटे दी एंटीमेशन दे के उह हड़ताल ते गए आ उन्हां दे समर्थन दे विच असी जिहड़ी अज इह रोस रैलियां सब डिवीजनां दे पद्धर ते कर रहे आ तां कि कल नूं अज सेंटर सरकार जिहड़ी आ जां उत्थों दी महाराष्ट्र सरकार आ उत्थों दा घवाड़ा उत्थे प्राइवेटाइजेशन हत्थां ते दे के उत्थों दे बिजली मुलाजमां ते जिहड़ा घवाड़ा चला रही आ कल नूं इह ਸਾਡੇ ਵੀ ਸੂਬਿਆਂ ਦੇ ਵਿੱਚ ਵਾਰੀ ਆਉਣ ਵਾਲੀ ਆ ਤੇ ਅਸੀਂ ਉਹਨਾਂ ਦੇ ਸਮਰਥਨ ਦੇ ਵਿੱਚ ਅੱਜ ਅਸੀਂ ਜਿਹੜੀ ਇਹ ਰੋਸ ਰੈਲੀ ਕਰ ਰਹੇ ਹਾਂ ਤਾਂ ਕਿ ਜੇ ਪ੍ਰਾਈਵੇਟ ਅਡਾਨੀਆਂ ਅਡਾਨੀਆਂ ਦੇ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਦੇ ਵਿੱਚ ਜਾਂਦਾ ਕੱਲ ਨੂੰ ਜਿਹੜੀ ਇਹ ਬਿਜਲੀ ਆ ਜਿਹੜੀ ਇਹ ਗਰੀਬ ਜਨਤਾ ਦੇ ਹੱਕ ਵਿੱਚ ਜਾਣੀ ਇਹਨਾਂ ਦੀ ਮਾਰ ਤੋਂ ਬਾਹਰ ਹੋ ਜਾਣੀ ਆ ਉਹਨਾਂ ਦੇ ਘਰਾਂ ਵਿੱਚ ਦੀਵਾ ਜਗਾਉਣ ਜੋਗੀ ਲੋੜ ਹੀ ਰਹਿ ਜਾਣੀ ਆ ਉਹਨਾਂ ਦੇ ਘਰਾਂ 'ਚ ਬੱਤੀ ਨਹੀਂ ਜਗਣੀ ਇਹਨਾਂ ਦੇ ਸਮਰਥਨ ਦੇ ਵਿੱਚ ਅਸੀਂ ਜਿਹੜੀ ਅੱਜ ਅਸੀਂ ਆਪਣੀ ਜਿਹੜੀ ਆ ਰੋਸ ਰੈਲੀ ਕੱਢੀ ਆ ਧੰਨਵਾਦ ਇਹ ਮਹਾਰਾਸ਼ਟਰ ਸਰਕਾਰ ਜਿਹੜੀ ਬਿਜਲੀ ਬੋਰਡ ਦੇ ਮੁਲਾਜ਼ਮਾਂ ਨਾਲ ਧੱਕਾ ਕਰ ਰਹੀ ਆ ਤੇ ਜਿਹੜੀ ਉਹ ਉਥੋਂ ਦੇ ਬਿਜਲੀ ਬੋਰਡ ਨੂੰ ਸਰਮਾਏਦਾਰ ਦੇ ਹੱਥਾਂ ਵਿੱਚ ਦੇ ਕੇ ਜਿਹੜਾ ਉਹ ਬਿਜਲੀ ਬੋਰਡ ਨੂੰ ਪ੍ਰਾਈਵੇਟ ਕਰਨ ਜਾ ਰਹੀ ਆ ਜਿਹੜੇ ਉਥੋਂ ਦੇ ਮੁਲਾਜ਼ਮ 72 ਘੰਟਿਆਂ ਦੀ ਹੜਤਾਲ ਤੇ ਗਏ ਆ ਸਾਡਾ ਜਿਹੜਾ ਬਿਜਲੀ ਬੋਰਡ ਆ ਸਾਰੇ ਮੁਲਾਜ਼ਮ ਉਹਨਾਂ ਦੇ ਸਮਰਥਨ ਵਿੱਚ ਖੜੇ ਆ ਇਹ ਸਰਕਾਰ ਆਪਣਾ ਜਿਹੜਾ ਨਾਦਰਸ਼ਾਹੀ ਫਰਮਾਨ ਵਾਪਸ ਲਵੇ ਤੇ ਜੇਕਰ ਇਹ ਸਰਮਾਏਦਾਰਾਂ ਦੇ ਕੋਲ ਹੱਥਾਂ ਵਿੱਚ ਇਹ ਬਿਜਲੀ ਬੋਰਡ ਚੱਲ ਜਾਂਦਾ ਕਿਸੇ ਵੀ ਸੂਬੇ ਦਾ ਚੱਲ ਜਾਂਦਾ ਤਾਂ ਜਿਹੜੀ ਇਹ ਬਿਜਲੀ ਆ ਇਹ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਜਾਣੀ ਆ ਇਸ ਕਰਕੇ ਇਹਦਾ ਅਸੀਂ ਡਟ ਕੇ ਤੇ ਇਕੱਠੇ ਹੋ ਕੇ ਵਿਰੋਧ ਕਰਦੇ ਆ ਤੇ ਸਰਕਾਰ ਇਹ ਆਪਣਾ ਨਾਦਰਸ਼ਾਹੀ ਫਰਮਾਨ ਵਾਪਸ ਲਵੇ ਤੇ ਜਿਹੜੀ ਬਿਜਲੀ ਬੋਰਡ ਆ ਇਹਨੂੰ ਇਸੇ ਤਰ੍ਹਾਂ ਬਹਾਲ ਕਰੇ।